और ये जो है ना ऐसे नहीं हमने आपको काम करने देना, अंदर तेरे को अभी था शीशे का बनाओ उसमें रखो, ये लोग नहीं खाते कहीं, उनको क्यों खिलाते हो, लोग नहीं लाए, ये लोगों की कंप्लेंट आ रही है बार बार, लोग माता के दर्शनों के लिए जाते हैं चिंतपूर्णी माता और वो कहते हैं यहाँ मार्केट खुला है नहीं अच्छा लगता लोगों को, है ये बंद, जे आपको टाइम दे दिया आप ऐसा नहीं होगा काम, पर्दे में करो कटाई भी पर्दे में करनी, सामने नहीं कोई कर सकता, लाइसेंस बनाओ उसका भाई। देखो फूड सेफ्टी टीम आज थोड़े को आ गई है, तुहानूं इह गल क्लीयर दस दिंदे आ भाई जिन्ना चिर तुसीं गंद पाता हुण नहीं चलना, ठीक है ਅਸੀਂ ਤੁਹਾਨੂੰ ਪਹਿਲਾਂ ਵੀ ਟ੍ਰੇਨਿੰਗ ਦੇ ਕੇ ਗਏ ਸੀ ਇੱਥੇ ਬਕਾਇਦਾ ਲੈਕਚਰ ਕਰਕੇ ਗਏ ਸੀ ਪਰ ਤੁਹਾਡੇ 'ਤੇ ਅਸਰ ਨਹੀਂ ਹੋਇਆ ਕੋਈ, ਤੁਹਾਨੂੰ ਉਦੋਂ ਵੀ ਕਿਹਾ ਸੀ ਅਤੇ ਜਿਹੜੀ ਮੱਛੀ ਆ ਜਾਂ ਮੀਟ ਹੈ ਇਹ ਓਪਨ 'ਚ ਨਹੀਂ ਰੱਖਣਾ, ਇਹਦਾ ਸ਼ੀਸ਼ੇ ਦਾ ਕੈਬਨ ਬਣਾਓ, ਸਾਹਮਣੇ ਦਿਖਦਾ ਕਿ ਨਹੀਂ, ਨਕਲ ਕਰ ਲਓ ਕਿਸੇ ਦੀ, ਅਤੇ ਇੰਨੀ ਅਕਲ ਵੀ ਹੈ ਨਹੀਂ। ਅੱਜ ਅਸੀਂ ਇੱਥੇ ਆਏ ਹਾਂ ਇੱਕ ਹਫ਼ਤੇ ਦਾ ਨੋਟਿਸ ਦਿੱਤਾ, ਇੱਕ ਹਫ਼ਤੇ ਦਾ ਨੋਟਿਸ ਦਿੱਤਾ ਤੁਹਾਨੂੰ, ਇੱਕ ਹਫ਼ਤੇ ਦੇ ਬਾਅਦ ਤੁਹਾਡੇ ਇਕੱਲੇ ਇਕੱਲੇ ਦੇ ਚੈਂਬਰ ਬਣੇ ਹੋਣੇ ਚਾਹੀਦੇ, ਉਹ ਕੈਬਨ ਸ਼ੀਸ਼ੇ ਦੇ ਕਵਰਡ ਹੋਣੀ ਚਾਹੀਦੀ, ਜਿਹੜੀ ਮੱਛੀ ਮੀਟ ਦੀ ਕਟਾਈ ਆ ਉਹ ਬਾਹਰ ਨਹੀਂ ਹੋਣੀ ਚਾਹੀਦੀ, ਪਰਦੇ 'ਚ ਹੋਣੀ ਚਾਹੀਦੀ ਆ ਪਿੱਛੇ, ਸਮਝ ਲੱਗ ਗਈ ਆ। ਜੇ ਕਿਸੇ ਬੰਦੇ ਨੇ ਇਹਨੂੰ ਵਾਇਲੇਟ ਕੀਤਾ, ਇਹਦੀ ਉਲੰਘਣਾ ਕੀਤੀ, ਤਾਂ ਤੁਹਾਨੂੰ ਦੱਸਦੇ ਹਾਂ ਉਹਦਾ ਕੰਮ ਬੰਦ, ਉਹਦਾ ਲਾਇਸੈਂਸ ਰੱਦ। ਔਰ ਕਿਸੇ ਕੋਲ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ, ਔਰ ਮੂੰਗਫਲੀ ਦੀ ਰੇਹੜੀ ਵਾਲੀ ਰਜਿਸਟ੍ਰੇਸ਼ਨ ਲੈ ਕੇ ਬੈਠੇ ਹੋਏ ਆ। ਉਹ ਇੱਧਰ ਆ, ਹੁਣ ਮੇਰੀ ਗੱਲ ਸੁਣ, ਕਰ ਨਹੀਂ ਬਾਅਦ 'ਚ, ਹੁਣ ਮੇਰੀ ਗੱਲ ਸੁਣ ਲਾ ਧਿਆਨ ਨਾਲ, ਲਾਇਸੈਂਸ ਬਣਾਓ ਹਫ਼ਤੇ 'ਚ, ਔਰ ਸਾਰੀਆਂ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ, ਇੱਕ ਹਫ਼ਤੇ ਦਾ ਟਾਈਮ ਦਿੱਤਾ ਤੁਹਾਨੂੰ, ਤੁਸੀਂ ਆਹ ਵੇਖੋ ਜੀ ਮੱਖੀਆਂ ਇਹਦੀਆਂ, ਉਹ ਪੂਰਨ ਦਾ ਮੁੰਡਾ ਤੇ ਪੂਰਨ ਦਾ ਪੂਰਨ ਦਾ ਪੂਰਨ ਮੇਰੀ ਗੱਲ ਸੁਣਨਾ ਬੰਦ ਕਰੋ, ਇਹਦੇ ਵਿੱਚ ਮੱਖੀਆਂ ਦੇਖ, ਕੋਈ ਨੀ ਕਰਦਾ ਸ਼ਹਿਰ ਚ ਕਿੰਨੀ ਜਗ੍ਹਾ ਤੇ ਕੰਮ ਆ ਤੁਹਾਡਾ ਚਿਕਨ ਦਾ? ਹਾਂਜੀ ਕਿੰਨੀ ਜਗ੍ਹਾ ਕੰਮ ਆ ਚਿਕਨ ਦਾ? ਇੱਥੇ ਰਜਿਸਟ੍ਰੇਸ਼ਨ ਨਹੀਂ ਚੱਲਣੀ, ਲਾਇਸੈਂਸ ਚੱਲਣਾ, ਔਰ ਇੱਥੇ ਕੋਈ ਵੀ ਜਿਹੜਾ ਨਾ ਤੇਰਾ ਮੱਖੀਆਂ ਭਰਮਾਰ ਹੈ ਮੱਖੀਆਂ ਦੀ, ਕੋਈ ਫੂਡ ਦਾ ਸਟੈਂਡਰਡ ਨਹੀਂ ਹੈਗਾ, ਇਹਨੂੰ ਨੋਟਿਸ ਸਰਵ ਕਰ ਚੱਲੇ ਹਾਂ, ਮੁੰਡੇ ਨੂੰ ਸਾਈਨ ਦੇ ਦੇਣਾ ਅੱਜ, ਹੈ ਅਤੇ ਇੱਕ ਹਫ਼ਤੇ ਦਾ ਟਾਈਮ ਦਿੱਤਾ, ਇੱਕ ਹਫ਼ਤੇ ਦੇ ਵਿੱਚ ਵਿੱਚ ਨਾ ਹੋਇਆ ਤਾਂ ਇਹ ਬੰਦ ਕੰਮ ਤੁਹਾਡਾ, ਇਹ ਸੀਲ ਲੱਗ ਜਾਣੀ ਆ। ਹਾਂ ਕਾਕੂ ਕਿਤਨੀ ਜਗ੍ਹਾ ਕਿਤਨਾ ਕੰਮ ਆ ਤੁਹਾਡਾ?
ਕਿੰਨੀ ਜਗ੍ਹਾ ਇਹਦਾ ਕੰਮ ਆ ਸਕਦਾ ਜੀ? ਜੋ ਇਸ ਤਰ੍ਹਾਂ ਇਹਦਾ ਵੀ ਕਾਰਵਾਈ ਕਰੋ। ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰੀ ਵਾਰਨ ਕੀਤਾ ਪਰ ਇਹਨਾਂ ਤੇ ਨਹੀਂ ਅਸਰ ਹੋਇਆ। ਅੱਜ ਵੀ ਦੇਖਿਆ ਮੱਖੀਆਂ ਉਦਾਂ ਹੀ, ਹਾਈਜੀਨ ਦਾ ਕੋਈ ਖਿਆਲ ਨਹੀਂ, ਕੋਈ ਫੂਡ ਸੇਫਟੀ ਮੇਜਰ ਨਹੀਂ ਲਏ, ਕਿਸੇ ਨੇ ਕੈਪ ਨਹੀਂ ਪਾਈ, ਕਿਸੇ ਨੇ ਗਲਵਸ ਨਹੀਂ ਪਾਏ, ਕਿਸੇ ਨੇ ਐਪਰਨ ਨਹੀਂ। ਖਾਸ ਕਰਕੇ ਮੀਟ ਦਾ ਕੰਮ ਕਰਦੇ ਇਹਨਾਂ ਦਾ ਐਪਰਨ ਤਾਂ ਹਰੇਕ ਦਾ ਹੋਣਾ ਹੀ ਚਾਹੀਦਾ, ਕਿਸੇ ਕੋਲ ਐਪਰਨ ਨਹੀਂ ਹੈਗਾ। ਇਹ ਨੋਟਿਸ ਦੇ ਚੱਲੇ, ਸਰਵ ਕਰਤਾ, ਸਾਈਨ ਕਰਾ ਲਿਆ, ਰਿਸੀਵ ਕਰਾ ਦਿੱਤਾ ਇਹਨਾਂ ਨੂੰ, ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ। ਇੱਕ ਹਫ਼ਤੇ ਦੇ ਵਿੱਚ ਅਗਰ ਇਹਨਾਂ ਨੇ ਇਹ ਚੀਜ਼ਾਂ ਨਹੀਂ ਲਾਗੂ ਕੀਤੀਆਂ ਤਾਂ ਜਿਹੜਾ ਜਿਹੜੇ ਬੰਦੇ ਨੇ ਨਹੀਂ ਲਾਗੂ ਕੀਤੀਆਂ ਉਹਦਾ ਕੰਮ ਬੰਦ ਹੋ ਜਾਊਗਾ, ਲਾਇਸੈਂਸ ਰੱਦ ਕਰ ਦਾਂਗੇ ਔਰ ਅਨਹਾਈਜੀਨ ਦਾ ਚਲਾਨ ਵੀ ਕਰਾਂਗੇ, ਕੋਰਟ ਵਿੱਚ ਵੀ ਪੇਸ਼ ਕਰਾਵਾਂਗੇ ਇਹਨਾਂ ਨੂੰ। ਜਿਹੜਾ ਲੀਗਲ ਕਾਰਵਾਈ ਪੂਰੀ ਚੋਂ ਲੰਘਾਵਾਂਗੇ, ਇਹਨਾਂ ਨੂੰ ਪਤਾ ਲੱਗੂਗਾ ਵੀ ਕੋਈ ਕਾਨੂੰਨ ਵੀ ਹੈਗਾ, ਕੋਈ ਫੂਡ ਸੇਫਟੀ ਐਕਟ ਵੀ ਹੈਗਾ ਇਸ ਦੇਸ਼ 'ਚ, ਤਾਂ ਹੈ ਹੀ ਨਹੀਂ, ਸਿੱਕੇ ਟੰਗਿਆ ਹੋਇਆ ਇਹਨਾਂ ਨੇ। ਔਰ ਜ਼ਿਆਦਾਤਰ ਜਿੰਨੇ ਮੈਂ ਬੰਦੇ ਇੱਧਰ ਦੇਖੇ ਸਾਰੇ ਪ੍ਰਵਾਸੀ ਹੈ ਅਤੇ ਮੈਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈਗਾ, ਪਰ ਇਹ ਫੂਡ ਸੇਫਟੀ ਦੇ ਨਿਯਮਾਂ ਨੂੰ ਤਾਂ ਸਮਝਦੇ ਹੀ ਕੱਖ ਨਹੀਂ ਨਾ, ਇਹ ਤਾਂ ਕਹਿੰਦੇ ਜੋ ਗੰਦ ਖਿਲਾ ਦਿਓ ਲੋਕਾਂ ਨੂੰ। ਸੋ ਅਸੀਂ ਇਹ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ। ਹੁਣ ਹਰ ਬੰਦਾ ਨਹੀਂ ਖਾਂਦਾ, ਕੋਈ ਬੰਦੇ ਵੈਜ ਨੋਨ ਵੈਜ ਨਹੀਂ ਖਾਂਦੇ, ਉਹ ਨਹੀਂ ਲਾਈਕ ਕਰਦੇ, ਉਹਨਾਂ ਨੂੰ ਤਾਂ ਸਾਹਮਣੇ ਦੇਖ ਕੇ ਵੀ ਅੱਛਾ ਨਹੀਂ ਲੱਗਦਾ। ਜਿਹੜਾ ਖਾਂਦਾ ਉਹਨੂੰ ਪਰਦੇ 'ਚ ਕਰੋ ਆਪਣਾ ਕੰਮ, ਲੋਕਾਂ ਨੂੰ ਖਿਲਾਓ, ਸੋਹਣਾ ਬਿਜ਼ਨਸ ਕਰੋ, ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ। ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਇਨਵਿਨ ਲਾਗੂ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਨੂੰ ਲਾਇਸੈਂਸ ਲੈ ਕੇ ਜਿਹੜੇ ਵੀ ਔਰ ਹਾਈਜੀਨ ਹੋਊਗੀ ਔਰ ਇਹਨਾਂ ਨੂੰ ਆਪ ਨੂੰ ਵੀ ਉਹ ਚੰਗਾ ਲੱਗਣਾ ਪੈਣਾ। ਹਾਲ ਦੀ ਘੜੀ ਇਹਨਾਂ ਨੂੰ ਬੁਰਾ ਲੱਗਦਾ ਪਰ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ ਇਹਨਾਂ ਨੂੰ ਵੀ ਖਰਾ ਲੱਗਣਾ। ਜਦ ਇਹ ਇੰਨੀ ਕਮਾਈ ਕਰਦੇ ਆ, ਇੱਕ ਛੋਟਾ ਜਿਹਾ ਕੈਬਨ ਕਿਉਂ ਨਹੀਂ ਬਣਾਉਂਦੇ ਸ਼ੀਸ਼ੇ ਦਾ? ਮੈਂ ਇਹ ਚੀਜ਼ਾਂ ਇਨਸ਼ੋਰ ਕਰੂੰਗਾ, ਮੇਕ ਸ਼ੋਰ ਕਰਾਂਗੇ। SSP ਹੁਸ਼ਿਆਰਪੁਰ ਜਿਹੜੇ ਆ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ, ਉਹ ਸਾਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਆ ਹਰ ਜਗ੍ਹਾ ਵਿੱਚ ਜਿੱਥੇ ਜਾਂਦੇ ਉਹਨਾਂ ਨੇ ਉਹਨਾਂ ਦੇ ਹੈਗਾ ਵੀ ਤੁਹਾਡੇ ਨਾਲ ਸਿਕਿਉਰਿਟੀ ਜਾਊਗੀ। ਅੱਜ ਸਾਡੇ ਨਾਲ ਪੁਰਹੀਰਾ ਚੌਂਕੀ ਦੇ ਮੁਲਾਜ਼ਮ ਵੀ ਸਾਥ ਦੇ ਰਹੇ ਆ, ਅਸੀਂ SSP ਸਾਹਿਬ ਦਾ ਵੀ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ ਅਤੇ ਔਰ ਨਾਲ ਦੇ ਨਾਲ ਇਹ ਕਹਿੰਦੇ ਹਾਂ ਇਹ ਵੀ ਨਾਲ ਸਾਥ ਦੇਣਗੇ ਸਾਡੇ ਆਉਂਦੇ ਸਮੇਂ 'ਚ ਔਰ ਹਰ ਤਰੀਕੇ ਨਾਲ ਅਸੀਂ ਜਿਹੜਾ ਇਹਨਾਂ ਨੂੰ ਨਾ ਫੂਡ ਸੇਫਟੀ ਦੇ ਨਿਯਮ ਲਾਗੂ ਕਰਾ ਕੇ ਹਟਾਂਗੇ। ਮਿਸ਼ਨ ਤੰਦਰੁਸਤ ਪੰਜਾਬ ਜਿਹੜਾ ਉਹਨੂੰ ਲਾਗੂ ਕਰਾਂਗੇ। ਮੈਂ ਇਹੀ ਕਹਿਣਾ ਚਾਹੁੰਦਾ ਇਹਨੂੰ ਲਾਈਟਲੀ ਨਾ ਲਇਓ, ਸੀਰੀਅਸਲੀ ਲਇਓ ਔਰ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਣਾ ਸਾਰੀਆਂ ਚੀਜ਼ਾਂ ਨੋਰਮਲ ਹੋ ਜਾਣ ਔਰ ਲੋਕ ਫੋਨ ਕਰਕੇ ਤੁਹਾਨੂੰ ਕਹਿਣ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਹਾਨੂੰ ਵੀ ਲੋਕ ਪ੍ਰੇਜ਼ ਕਰਨਗੇ।